ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਗਰਮੀ ਵਾਲੇ ਸੂਟ ਪਿਓਰ ਕਾਟਨ ਦੇ ਸੂਟ ਸਾਰੇ ਸੂਟ ਬਹੁਤ ਸੋਹਣੇ ਨੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਬਾਕੀ ਆਪਣਾ ਕੋਈ ਐਵ ਨਹੀਂ ਹੈਗਾ ਵੀ ਪਹਿਲਾਂ ਪੇਮੈਂਟ ਲੈਣੀ ਆ ਸੋ ਤੁਸੀਂ ਪੇਮੈਂਟ ਪਹਿਲਾਂ ਵੀ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਹੋ ਤੇ ਸ਼ਿਪਿੰਗ ਸਾਡੀ ਬਿਲਕੁਲ ਫ੍ਰੀ ਆ ਤੇ ਜੇ ਤੁਸੀਂ ਇੱਥੇ ਸਟੋਰ ਤੇ ਆ ਕੇ ਸੂਟ ਲੈਣਿਆਂ ਤਾਂ ਇੱਥੇ ਆ ਕੇ ਵੀ ਲੈ ਸਕਦੇ ਹੋ ਅਸੀਂ ਹੈਗੇ ਆ ਰਾਇਕੋਟ ਰੋਡ ਤੇ 에어로 허ਬ ਬਹੁਤ ਵੱਡੀ ਮਾਰਕੀਟ ਬਣੀ ਹੋਈ ਆ ਕਲੋਨੀ ਆ ਉਹਦੇ ਅੰਦਰ ਸਾਡਾ ਸਟੋਰ ਆ ਸੋ ਤੁਸੀਂ ਇੱਥੇ ਆ ਕੇ ਵੀ ਸੂਟ ਲੈ ਸਕਦੇ ਹੋ ਤੁਸੀਂ ਜਦੋਂ ਗੂਗਲ ਤੇ ਜਾ ਕੇ ਫਰਨੋ ਸਟਾਈਲ ਮੁੱਲਾਪੁਰ ਸਰਚ ਕਰੋਗੇ ਇਧਰ ਕਾਰਨਰਸ ਲਿਖਿਆ ਆਈ ਜਾਂਦਾ ਤੁਹਾਨੂੰ ਪ੍ਰੋਪਰ ਸਟੋਰ ਦੀ ਲੋਕੇਸ਼ਨ ਮਿਲ ਜੂਗੀ ਫਰਨੋ ਸਟਾਈਲ ਸਾਡਾ ਇੰਸਟਾਗ੍ਰam ਪੇਜ ਆ ਜਦੋਂ ਵੀ ਨਵੇਂ ਸੂਟ ਆਉਂਦੇ ਆ ਆਪਾਂ ਉੱਥੇ ਜ਼ ਉਹਨੂੰ ਜਰੂਰ ਫੋਲੋ ਕਰ ਲਿਓ ਸੋ ਸਾਰੇ ਸੂਟ ਬਹੁਤ ਸੋਹਣੇ ਆ ਬਾਕੀ ਜਿਹੜੇ ਆਪਾਂ ਤੁਹਾਨੂੰ ਅੱਜ ਸੂਟ ਦਿਖਾਵਾਂਗੇ ਸਾਰੇ ਸੂਟ ਵਧੀਆ ਹੋਣ ਹੋਣਗੇ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਜੇ ਸਿੰਪਲ ਸੂਟ ਲੈਣਾ ਤਾਂ ਜਿੱਥੋਂ ਮਰਜ਼ੀ ਲੈ ਲਓ ਜੇ ਬ੍ਰਾਂਡਡ ਸੂਟ ਪਾਉਣ ਦਾ ਸ਼ੌਂਕ ਪਗਾਉਣਾ ਤਾਂ ਫਾਨੋ ਸਟਾਈਲ ਮੁੱਲਾਪੁਰ ਆਜੋ ਇਹ ਸਾਰੇ ਸੂਟ ਬਹੁਤ ਵਧੀਆ ਨੇ ਇਹਨਾਂ ਦੀ ਖਾਸੀਅਤ ਇਹ ਆ ਬਿਲਕੁਲ ਪਿਓਰ ਕਾਟਨ ਆ 100% ਇੱਕ ਵੀ ਧਾਗਾ ਵਿੱਚ ਸਿੰਥੈਟਿਕ ਨਹੀਂ ਹੈਗਾ ਇਹਦੇ ਤੇ ਬਾਕੀ ਐ ਆ ਸੂਟ ਹੰਡਣ ਵਾਲੇ ਆ ਕੋਈ ਐ ਨਹੀਂ ਵੀ ਤੁਸੀਂ ਧੋ ਲਿਆ ਸੂਟ ਹੌਲੀ 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 ਫਿੱਟਣ ਲੱਗ ਜਾਣਗੇ ਸੋ ਇਹਨਾਂ ਸੂਟਾਂ ਦੀ ਖਾਸੀਅਤ ਇਹ ਆ ਜਿਵੇਂ ਤੁਸੀਂ ਇਹਨਾਂ ਨੂੰ ਵਾਸ਼ ਕਰੀ ਜਾਓਗੇ ਹੋਰ ਵੀ ਨਿੱਖਰਦੇ ਜਾਣਗੇ ਸੋ ਬਹੁਤ ਸੋਹਣੇ ਸੂਟ ਆ ਆਪਾਂ ਤੁਹਾਨੂੰ ਮੁੱਖੀ ਗੱਲ ਇਹ ਕਹਿ ਦਿੰਨੇ ਆ ਕਿ ਘੱਟੋ ਘੱਟ 10 ਤੋਂ 15 ਸਾਲ ਤੱਕ ਹੰਢਣ ਵਾਲਾ ਕੱਪੜਾ ਤੁਸੀਂ ਸੂਟ ਪਾ ਕੇ ਅੱਕ ਜਾਓਗੇ ਪਰ ਤੁਹਾਡਾ ਸੂਟ ਨਹੀਂ ਖਰਾਬ ਹੋਊਗਾ ਸੋ ਕਾਫੀ ਜਣੇ ਜਿਹੜੇ ਅੱਜ ਸਟੋਰ ਤੇ ਆਏ ਸੀ ਕਿਉਂਕਿ ਅਸੀਂ ਇੰਸਟਾਗ੍ਰam ਤੇ ਤੁਸੀਂ ਜੇ ਦੇਖੋਗੇ ਅਸੀਂ ਪੋਸਟ ਪਾਈ ਸੀਗੀ ਮਾਰਨਿੰਗ ਸੋ ਉਹਨਾਂ ਨੇ ਵੀ ਜਦੋਂ ਆ ਕੇ ਦੇਖਿਆ ਉਹ ਵੀ ਕਹਿੰਦੇ ਸੀ ਵੀ ਹਾਂ ਵਾਕਈ ਵੀ ਚੀਜ਼ ਹੈਗੀ ਆ ਵੀ ਅਸੀਂ ਐਦਾਂ ਦੀ ਕਾਟਨ ਕਦੇ ਨਹੀਂ ਵੇਖੀ ਹੈਗੀ ਸੋ ਇਹ ਬਹੁਤ ਮਤਲਬ ਕਿ ਅਸੀਂ ਰੀਜਨਲ ਤਿਆਰ ਕਰਵਾਏ ਨੇ ਸੂਟ ਸੂਟ ਹੈ ਬਹੁਤ ਜਿਆਦਾ ਸੋਹਣਾ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਮੈਨੂੰ ਖੁਦ ਨੂੰ ਸੂਟ ਬਹੁਤ ਪਸੰਦ ਆਈ ਸੀ ਆਪਾਂ ਨੂੰ ਐਂ ਦਾ ਵੀ ਚੀਜ਼ ਦੇਣੀ ਆ ਤਾਂ ਅਗਲੇ ਨੂੰ ਵਧੀਆ ਲਈਏ ਹਨਾ ਨਹੀਂ ਤਾਂ ਬਾਜ਼ਾਰ ਭਰੇ ਹੀ ਪਿਆ ਸਾਰੇ ਜਿੱਥੋਂ ਮਰਜੀ ਜਿਹੜਾ ਕੁਝ ਲੈ ਲਓ ਤੇ ਆ ਵੇਖੋ ਇਹ ਹੈਗੀ ਹੈ ਸ਼ਰਟ ਦਾ ਕਪੜਾ ਇਹ ਆ ਵੇਖੋ ਇਹ ਦੇਖੋ ਪੂਰੀ ਪਿਓਰ ਕਾਟਨ ਆ ਤੇ ਬਹੁਤ ਹੀ ਮਤਲਬ ਸੌਫਟ ਕਾਟਨ ਆ ਕੋਈ ਚੂਬਨ ਵਾਲਾ ਕਪੜਾ ਨਹੀਂ ਇੱਕ ਵੀ ਸਿੰਥੈਟਿਕ ਧਾਗਾ ਨਹੀਂ ਹੈਗਾ ਵਿੱਚ ਇਹਦੇ ਇਦੇ ਨਾਲ ਆਪਾਂ ਕੰਟਰਾਸਟ ਕੀਤਾ ਆ ਵੇਖੋ ਆ ਬਾਟਮ ਆ ਪਲੇਨ ਆ ਵੇਖੋ ਇਦਾਂ ਠੀਕ ਆ ਜੀ ਇਹ ਹੋ ਗਿਆ ਆਪਣਾ ਪਹਿਲਾ ਸੂਟ ਇਹ ਹੈਗਾ ਕੰਟਰਾਸਟ ਸੂਟ ਜਿਹਦੇ ਨਾਲ ਪਲੇਨ ਬਾਟਮ ਆ ਤੇ ਨੈਕਸਟ ਵੇਖੋ ਆਪਣਾ ਆਲ ਓਵਰ ਸੂਟ ਸੋ ਇਹ ਇਦਾਂ ਦੇ ਕਲਰ ਆ ਮੈਂ ਆਪਣੀ ਮਰਜ਼ੀ ਨਾਲ ਚੂਜ਼ ਕੀਤੇ ਪਸੰਦ ਕੀਤੇ ਵੀ ਜਿਨ੍ਹਾਂ ਨੂੰ ਹਰ ਏਜ ਦੇ ਪਾ ਸਕਦੇ ਆ ਕੁੜੀਆਂ ਵੀ ਪਾ ਸਕਦੀਆਂ ਜਿੱਦਾਂ ਆਪਣੀ ਮੰਮੀ ਹੋਣੀ ਹੁੰਦੀਆਂ ਉਹ ਵੀ ਪਾ ਸਕਦੀਆਂ ਇਹਨਾਂ ਦੇ ਮਤਲਬ ਆਪ ਕੋਈ ਕੁਝ ਵੀ ਫਰੌਕ ਸਟਾਈਲ ਸੂਟ ਬਣਵਾ ਲਓ ਸਲਵਾਰ ਸੂਟ ਬਣਵਾ ਲਓ ਪਲਾਜ਼ੋ ਬਣਾ ਲਓ ਬਹੁਤ ਸੋਹਣੇ ਲੱਗਦੇ ਆ ਬਾਕੀ ਮੇਨ ਗਰਲ ਦੁਪੱਟਿਆਂ ਤੋਂ ਬਿਨਾ ਸੂਟ ਨੇ ਇਹ ਸਾਰੇ ਤੁਸੀਂ ਆਪਣੇ ਮਤਲਬ ਜਿੱਦਾਂ ਤੁਹਾਨੂੰ ਪਸੰਦ ਲੱਗਦਾ ਕਈਆਂ ਨੇ ਲਾਈਟ ਦੁਪੱਟਾ ਲੈਣਾ ਹੁੰਦਾ ਕਈਆਂ ਨੇ ਡਾਰਕ ਲੈਣਾ ਹੁੰਦਾ ਤੁਸੀਂ ਆਪਣੀ ਪਸੰਦ ਨਾਲ ਦੁਪੱਟਾ ਲੈ ਸਕਦੇ ਹੋ ਬਾਕੀ ਕੋਈ ਮੈਨੂੰ ਨਹੀਂ ਲੱਗਦਾ ਕਿ ਐਡੀ ਗੱਲ ਹੋ ਤੁਹਾਨੂੰ ਦੁਪੱਟਾ ਰੈਡੀ ਕਰਾਉਣਾ ਪਊ ਕਿਉਂਕਿ ਇਹ ਕਾਮਨ ਜੇ ਕਲਰ ਨੇ ਇਦਾਂ ਦੇ ਦੁਪੱਟੇ ਹਰ ਇੱਕ ਕੋਲੇ ਹੁੰਦੇ ਹੀ ਨੇ ਮਤਲਬ ਪਿੰਕ ਜਾਂ ਸ਼ੇਡ ਆਉਂਦਾ ਵਿੱਚ ਇਹਦੇ ਤੇ ਫਲਾਵਰ ਵੇਖੋ ਬਹੁਤ ਸੋਹਣੇ ਆ ਇਹ ਪੂਰਾ ਮਤਲਬ ਕਿ ਸੂਟ ਆ ਆ ਇਹ ਪੂਰਾ ਮਤਲਬ ਥਾ ਨਹੀਂ ਹੁੰਦਾ ਵਾ ਅਸੀਂ ਤੁਸੀਂ ਆਪਣੇ ਅਨੁਸਾਰ 5 ਮੀਟਰ 6 ਮੀਟਰ ਜਿੰਨਾ ਵੀ ਕਪੜਾ ਲੈਣਾ ਤੁਸੀਂ ਉਹ ਲੈ ਸਕਦੇ ਹੋ ਕੋਈ ਇਦਾਂ ਨਹੀਂ ਆਪਾਂ ਤੁਹਾਨੂੰ 5 ਮੀਟਰ ਹੀ ਦੇਣਾ ਵਾ ਉਹ ਤੁਸੀਂ ਆਪਣੀ ਮਤਲਬ ਜਿੰਨਾ ਤੁਹਾਨੂੰ ਚਾਹੀਦਾ ਵਾ ਉਹਨਾਂ ਤੁਸੀਂ ਕਪੜਾ ਲੈ ਸਕਦੇ ਹੋ ਤੇ ਨੈਕਸਟ ਵਿੱਚ ਵੇਖੋ ਇਹ ਵੀ ਬਹੁਤ ਸੋਹਣਾ ਪਿਸਤਾਇਆ ਸ਼ੇਡ ਆ ਬਹੁਤ ਲਾਈਟ ਜਿਹਾ ਸ਼ੇਡ ਤੇ ਵਿੱਚ ਵੇਖੋ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਪਿੰਕ ਜੇ ਕਲਰ ਦੇ ਆ ਤੇ ਇਹ ਵੀ ਪਿਓਰ ਕਾਟਨ ਦੇ ਵਿੱਚ ਆ ਹਾਂ ਵੇਖੋ ਬਹੁਤ ਹੀ ਜ਼ਿਆਦਾ ਸੌਫਟ ਆ ਇਹ ਬਾਕੀ ਇਹਨੂੰ ਐ ਪਤਾ ਲੱਗ ਜਾਂਦਾ ਹੁੰਦਾ कॉटन ਹੁੰਦਾ ਜੇ ਵੱਲ ਪੈਂਦੇ ਆ ਤਾਂ ਇਹਦਾ ਮਤਲਬ कॉटन ਆ ਜਿਹੜੇ ਕੱਪੜੇ 'ਚ ਵੱਲ ਨਹੀਂ ਪੈਂਦੇ ਉਹ कॉटन ਨਹੀਂ ਹੁੰਦਾ ਤੇ ਨੈਕਸਟ ਵਿੱਚ ਦਿਖਾਉਨੇ ਆ ਆਪਾਂ ਆ ਵੇਖੋ ਬਹੁਤ ਲਾਈਟ ਬੇਸ ਆ ਕਰੀਮ ਜੇ ਕਲਰ ਦਾ ਉਹਦੇ ਉੱਤੇ ਡਾਰਕ ਫਲਾਵਰ ਬਣੇ ਹੋਏ ਨੇ ਇਹ ਵੀ ਬਿਲਕੁਲ 100% ਪਿਓਰ कॉटन ਆ ਇਹ ਵਾਲੀ ਵੀ ਸੋ ਸਾਡਾ WhatsApp ਨੰਬਰ ਨੀਚੇ ਆਈ ਜਾਂਦਾ ਤੁਹਾਨੂੰ ਜਿਹੜਾ ਵੀ ਸੂਟ ਇਹਨਾਂ ਚੋਂ ਪਸੰਦ ਆਈ ਜਾਂਦਾ ਬਾਕੀ ਤੁਸੀਂ ਕਿੰਨੇ ਮੀਟਰ ਲੈਣਾ ਉਹ ਵੀ ਨਾਲ ਦੀ ਨਾਲ ਦੱਸ ਦਿਓ ਆਪਾਂ ਤੁਹਾਨੂੰ WhatsApp ਤੇ ਪ੍ਰਾਈਸ ਦੱਸ ਦਾਂਗੇ ਵੀ ਇਹ ਇਹਨਾਂ ਦਾ ਸੂਟ ਆ ਤੇ ਤੁਸੀਂ ਜੇ ਤੁਹਾਨੂੰ ਠੀਕ ਲੱਗਿਆ ਤਾਂ ਤੁਸੀਂ ਲੈ ਸਕਦੇ ਹੋ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਕੋਰੀਅਰ ਕਰ ਦਾਂਗੇ ਕੈਸ਼ ਔਨ ਡਿਲੀਵਰੀ ਆਪਣੀ ਪੂਰੇ ਇੰਡੀਆ ਚ ਅਵੇਲੇਬਲ ਆ ਤੇ ਸ਼ਿਪਿੰਗ ਵੀ ਬਿਲਕੁਲ ਫ੍ਰੀ ਆ ਆ ਵੇਖੋ ਤੇ ਨੈਕਸਟ ਵੇਖੋ ਇਹ ਵੀ ਬਹੁਤ ਸੋਹਣਾ ਵਾ ਇਹ ਵੀ ਪੂਰਾ ਆਲ ਓਵਰ ਸੂਟ ਹੀ ਆ ਇਹ ਵੀ ਪਿਓਰ ਕਾਟਨ ਦੇ ਵਿੱਚ ਆ। ਲਾਈਟ ਗ੍ਰੇ ਸ਼ੇਡ ਦਾ ਬੇਸ ਆ ਤੇ ਉੱਤੇ ਡਾਰਕ ਫਲਾਵਰ ਬਣੇ ਹੋਏ ਆ। ਆ ਵੇਖੋ। ਇਹ ਬਹੁਤ ਹੀ ਲਾਈਟ ਜਾਂ yellow ਕਲਰ ਦਾ ਬੇਸ ਆ। yellow ਬਹੁਤ ਲਾਈਟ ਜਿਹਾ ਕਲਰ ਆ। ਕੋਈ ਇਦਾਂ ਨਹੀਂ ਬਹੁਤ ਪੜਕੀਲਾ yellow ਆ। ਉੱਤੇ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ। ਪੇਂਟਿੰਗ ਕੀਤੀ ਹੀ ਆ ਬਹੁਤ ਸੋਹਣੀ। ਸੋ ਜੀ ਨੈਕਸਟ ਆ ਗਿਆ ਜਿਵੇਂ ਲਵੈਂਡਰ ਕਲਰ ਦੇ ਵਿੱਚ ਇਹ ਸੂਟ ਸਾਰੇ ਜਣੇ ਬਹੁਤ ਵਧੀਆ ਪਸੰਦ ਕਰਦੇ ਆ ਲਵੈਂਡਰ ਕਲਰ ਨੂੰ ਆਪਾਂ ਸਰਦੀਆਂ ਦੇ ਵਿੱਚ ਜਿਵੇਂ ਮੌਸਮ ਲੰਘੇ ਗਿਆ ਪਾਰਟੀ ਵੇਅਰ ਸੂਟ ਲਵੈਂਡਰ ਕਲਰ ਸਾਰੇ ਨੇ ਬਹੁਤ ਪਸੰਦ ਕੀਤੇ ਸੀ ਸੋ ਇਹ ਪਿਓਰ ਕਾਟਨ ਦੇ ਉੱਤੇ ਆਇਆ ਲਾਈਟ ਪਰਪਲ ਲਵੈਂਡਰ ਜੇ ਕਲਰ ਦਾ ਸ਼ੇਡ ਆ ਤੇ ਉੱਤੇ ਲਵੈਂਡਰ ਲਾਈਟ ਡਾਰਕ ਕਲਰ ਦੇ ਫਲਾਵਰ ਬਣੇ ਹੋਏ ਆ ਇਹ ਵੀ ਪੂਰਾ ਆਲ ਓਵਰ ਸੂਟ ਆ ਤੇ ਪਿਓਰ ਕਾਟਨ ਤੇ ਆ ਤੇ ਆ ਵੇਖੋ ਸਕਾਈ ਬਲੂ ਕਲਰ ਇਹ ਵੀ ਆਲ ਓਵਰ ਸੂਟ ਆ ਤੇ ਇਹ ਵੀ ਪੂਰਾ ਪਿਓਰ ਕਾਟਨ ਤੇ ਬਣਿਆ ਹੋਇਆ ਆ ਨੈਕਸਟ ਆ ਗਿਆ ਕਾਫੀ ਸ਼ੇਡ ਦੇ ਉੱਤੇ ਬਣਿਆ ਹੋਇਆ ਇਹ ਵੀ 100% ਕਾਟਨ ਆ ਤੇ ਬਹੁਤ ਸੋਹਣੇ ਵੇਖੋ ਫਲਾਵਰ ਬਣੇ ਹੋਏ ਨੇ ਸੋ ਤੁਸੀਂ ਇਹਨੂੰ ਆਪਣੀ ਮਰਜ਼ੀ ਨਾਲ ਕੁਝ ਵੀ ਸਟਿਚ ਕਰਵਾ ਸਕਦੇ ਹੋ ਵਧੀਆ ਲੱਗੂਗਾ ਬਣਿਆ ਹੋਇਆ ਤੇ ਨੈਕਸਟ ਵੇਖੋ ਇਹ ਆ ਗਿਆ ਬਹੁਤ ਹੀ ਲਾਈਟ ਜਿਹਾ ਸ਼ੇਡ ਆ ਬਲੂ ਕਲਰ ਦਾ ਆ ਵੇਖੋ ਬਹੁਤ ਸੋਹਣਾ ਵਾ ਇਹ ਇਹ ਵੀ 100% ਪਿਓਰ ਕਾਟਨ ਆ ਇਹਦੇ ਨਾਲ ਦਾ ਇੱਕ ਹੋਰ ਆ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਆ ਇਹ ਕਲਰ ਸੇਮ ਆ ਪ੍ਰਿੰਟਿੰਗ ਦਾ ਫਰਕ ਆ ਇਹ ਵੀ 100% ਕਾਟਨ ਹੀ ਆ ਤੇ ਨੈਕਸਟ ਵੇਖੋ ਮੰਮੀ ਨੂੰ ਸਾਰਾ ਨਾਲ ਵਧੀਆ ਆ ਸੂਟ ਲੱਗਿਆ ਸੀਗਾ ਆ ਵੇਖੋ ਇਹ ਹੈਗਾ ਸਕਿਨ ਕਲਰ ਦਾ بیس ਆ ਤੇ ਉੱਤੇ ਵੇਖੋ ਬਹੁਤ ਸੋਹਣੇ ਫਲਾਵਰ ਬਣਿਆ ਤੁਸੀਂ ਇਹਦੇ ਨਾਲ ਇਸ ਕਲਰ ਦਾ ਵੀ ਦੁਪੱਟਾ ਲੈ ਸਕਦੇ ਹੋ ਜਾਂ ਤੁਸੀਂ ਮਹਿਰੂਨ ਕਲਰ ਦਾ ਕੋਈ ਵੀ ਦੁਪੱਟਾ ਆਪਣੀ ਚੋਇਸ ਅਨੁਸਾਰ ਲੈ ਸਕਦੇ ਹੋ ਕਈ ਲਾਈਟ ਲੈਂਦੇ ਆ ਦੁਪੱਟਾ ਕਈ ਡਾਰਕ ਦੁਪੱਟਾ ਲੈਂਦੇ ਆ ਉਹ ਤੁਹਾਡੀ ਚੋਇਸ ਆ ਤੇ ਨੈਕਸਟ ਵੇਖੋ ਇਹ ਹੈਗਾ ਵਾਈਨ ਕਲਰ ਦੇ ਵਿੱਚ ਇਹ ਵੀ ਪਿਓਰ ਕਾਟਨ ਆ ਵਾਈਨ ਕਲਰ ਦੇ ਵਿੱਚ ਤੇ ਉੱਤੇ ਫਲਾਵਰ ਬਣੀ ਹੋਈ ਆ ਡਾਰਕ ਕਲਰ ਦੀ ਲੋ ਜੀ ਨੈਕਸਟ ਸੂਟ ਆ ਇਹ ਹੈਗਾ ਲੇਲਣ ਦੇ ਉੱਤੇ ਬਣਿਆ ਹੋਇਆ ਮਸਟਰਡ ਜਾਂ ਸ਼ੇਡ ਆ ਇਹ ਵੀ ਮਤਲਬ ਤੁਸੀਂ ਆਪਣੀ ਚੋਇਸ ਅਨਸਾਰ ਚਾਹੇ 5 ਮੀਟਰ ਲੈ ਲਓ ਚਾਹੇ 5.5 6 ਜਿੰਨਾ ਮਰਜ਼ੀ ਲੈ ਸਕਦੇ ਹੋ ਜੇ 5 ਮੀਟਰ ਤੋਂ ਘੱਟ ਵੀ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਕੋਈ ਇਦਾਂ ਨਹੀਂ ਵੀ ਤੁਸੀਂ 5 ਮੀਟਰ ਹੀ ਲੈਣਾ ਕਈ ਜਿਵੇਂ ਛੋਟੇ ਬੱਚਿਆਂ ਦਾ ਵੀ ਸੂਟ ਬਣਾਉਣਾ ਹੁੰਦਾ ਤੁਸੀਂ 4 ਮੀਟਰ 3 ਮੀਟਰ ਜਿੰਨਾ ਮਰਜ਼ੀ ਲੈ ਸਕਦੇ ਹੋ ਕਈ ਇਹ ਹੁੰਦਾ ਆਪਣੇ ਕੋਲੇ ਬਾਟਮ ਹੁੰਦੀ ਹੈ ਇਸ ਕਲਰ ਦੀ ਜੇ ਤੁਸੀਂ ਸ਼ਰਟ ਦਾ ਕੱਪੜਾ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਆ ਵੇਖੋ ਇਹ ਲੇਲਣ ਦੇ ਉੱਤੇ ਬਣਿਆ ਹੋਇਆ ਤੇ ਇਹਦੇ ਉੱਤੇ ਰੈੱਡ ਕਲਰ ਦਾ ਤੇ ਨੇਵੀ ਬਲੂ ਕਲਰ ਦਾ ਪ੍ਰਿੰਟ ਹੋਇਆ ਹੋਇਆ ਸੋ ਤੁਸੀਂ ਦੁਪੱਟਾ ਆਪਣੀ ਚੋਇਸ ਅਨਸਾਰ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਦਾ ਸੇਮ ਇਦਾਂ ਲੈ ਲੈਣ ਦੇ ਉੱਤੇ ਸੇਮ ਪ੍ਰਿੰਟ ਹੀ ਤੇ ਇਹ ਹੈਗਾ ਹੌਟ ਪਿੰਕ ਕਲਰ ਦੇ ਵਿੱਚ ਇਹ ਵੀ ਬਹੁਤ ਸੋਹਣਾ ਲੱਗਦਾ ਬਾਕੀ ਮੇਨ ਗੱਲ ਇਹ ਹੈ ਸੌਫਟ ਕਪੜਾ ਬਹੁਤ ਜ਼ਿਆਦਾ ਸੌਫਟ ਆ ਇਹ ਚੀਜ਼ਾਂ ਬੜੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੇ ਤੁਸੀਂ ਆਪਣੀ ਚੋਇਸ ਅਨਸਾਰ ਇਹਨਾਂ ਨੂੰ ਜਿੱਦਾਂ ਮਰਜ਼ੀ ਸਟਿਚ ਕਰਾ ਸਕਦੇ ਹੋ ਤੇ ਬਾਕੀ ਹੁਣ ਆਪਾਂ ਤੁਹਾਨੂੰ ਰਿਵਿਊ ਵੀ ਦਿਖਾ ਦਿੰਨੇ ਆ ਵੀ ਜਿਨ੍ਹਾਂ ਨੂੰ ਅਸੀਂ ਸੂਟ ਕੋਰੀਅਰ ਕੀਤੇ ਸੀ ਜਦੋਂ ਉਹਨਾਂ ਨੂੰ ਸੂਟ ਮਿਲੇ ਉਹਨਾਂ ਨੂੰ ਸਾਡੇ ਸੂਟ ਕਿੱਦਾਂ ਦੇ ਲੱ ਲੋ ਜੀ ਇਹ ਕਹਿੰਦੇ ਆ ਥੈਂਕ ਯੂ ਸਿਸ ਸੂਟ ਮਿਲ ਗਿਆ ਬਹੁਤ ਹੀ ਸੋਹਣਾ ਸੂਟ ਆ ਤੇ ਇਹਦੇ ਵਿੱਚ ਕਹਿੰਦੀ ਆ ਦੀਦੀ ਸੂਟ ਮਿਲ ਗਿਆ ਬਹੁਤ ਹੀ ਸੋਹਣਾ ਵਾ ਥੈਂਕ ਯੂ so much ਤੇ ਇਹ ਕਹਿੰਦੇ ਆ ਹੈਲੋ ਦੀ ਸੂਟ ਮਿਲ ਗਿਆ ਬਹੁਤ ਸੋਹਣਾ ਆ ਥੈਂਕ ਯੂ so much ਤੇ ਨੈਕਸਟ ਵਾਲੇ ਵਿੱਚ ਕਹਿੰਦੇ ਆ ਹੈਲੋ ਦੀ ਸੂਟ ਮਿਲ ਗਿਆ ਮੰਮਾ ਨੂੰ ਸੂਟ ਬਹੁਤ ਸੋਹਣੇ ਲੱਗੇ ਤੇ ਨੈਕਸਟ ਵਿੱਚ ਕਹਿੰਦੇ ਆ ਥੈਂਕ ਯੂ ਆਲ ਸੂਟਸ ਆਰ ਟੂ ਗੁੱਡ ਨਾਲੇ ਸਾਰਿਆਂ ਨੂੰ ਕਲਰ ਬਹੁਤ ਸੋਹਣੇ ਲੱਗੇ ਨਾਈਸ ਸੂਟ ਆਉਸਮ ਫੈਬਰਿਕ ਥੈਂਕ ਯੂ ਤੇ ਨੈਕਸਟ ਵਿੱਚ ਕਹਿੰਦੇ ਆ ਦੀਦੀ ਸੂਟ ਮਿਲ ਗਿਆ ਵੈਰੀ ਬਿਊਟੀਫੁਲ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸੋ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਇਹ ਸਾਰੇ ਹੋਗੇ ਪ੍ਰਿੰਟ ਸੂਟ ਤੁਹਾਨੂੰ ਜਿਹੜਾ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਬਾਕੀ ਇਦਾਂ ਨਹੀਂ ਹੈਗਾ ਵੀ ਕੋਈ ਕੰਪਲੇਂਟ ਵਾਲੀ ਗੱਲ ਹੋਊ ਜਾਂ ਕੱਪੜਾ ਨਹੀਂ ਵਧੀਆ ਹੋਣਾ ਪੂਰੀ ਗਾਰੰਟੀ ਆ ਕੱਪੜੇ ਦੀ ਇਦਾਂ ਨਹੀਂ ਹੋਊਗਾ ਸਾਰਾ ਕੁਝ ਬਹੁਤ ਵਧੀਆ ਵਾ ਸਟਫ ਬਹੁਤ ਵਧੀਆ ਵਾ ਘਰੇ ਪਾਉਣ ਨੂੰ ਚਾਹੇ ਤੁਸੀਂ ਬਾਜ਼ਾਰ ਜਾਣ ਨੂੰ ਪਾ ਲੋ ਬਹੁਤ ਜ਼ਿਆਦਾ ਸੌਫਟ ਕੱਪੜਾ ਤੇ ਜੇ ਤੁਸੀਂ ਬਾਹਰੋਂ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਤੇ ਜੇ ਤੁਹਾਡਾ ਬਿੱਲ 40000 ਤੋਂ ਵੱਧ ਬਣਦਾ ਤਾਂ ਆਪਾਂ ਇੰਟਰਨੈਸ਼ਨਲ ਸ਼ਿਪਿੰਗ ਬਿਲਕੁਲ ਫ੍ਰੀ ਕਰਾਂਗੇ ਤੇ ਬਾਕੀ ਆਪਣੇ ਜਿੱਦਾਂ ਪਾਰਟੀ ਵੇਅਰ ਸੂਟ ਆ ਉਹ ਤਾਂ ਹੈਗੀ ਆ ਉਹ ਤਾਂ ਹਰ ਟਾਈਮ ਸਾਡੇ ਮਤਲਬ ਪੂਰਾ ਸਾਲ ਹੀ ਚੱਲਦੇ ਆ ਕਿਉਂਕਿ ਕਾ ਬਹੁਤ ਜਣੇ ਪਸੰਦ ਕਰਦੇ ਆ ਹੈਂਡਵਰਕ ਸੂਟਾਂ ਨੂੰ ਸੋ ਬਾਹਰ ਵੀ ਬਹੁਤ ਭੈਣਾ ਮੰਗਵਾਉਂਦੀਆਂ ਨੇ ਸੋ ਉਹ ਆਪਾਂ ਰੈਡੀ ਰੱਖਦੇ ਆ ਵੀ ਜਿਨ੍ਹਾਂ ਨੇ ਬਾਹਰ ਮੰਗਵਾਉਣੇ ਆਪਾਂ ਬਾਹਰ ਵੀ ਭੇਜ ਸਕੀਏ ਕਈਆਂ ਦੇ ਇੱਥੇ ਗਰਮੀ ਵਿੱਚ ਵੀ ਆ ਜਾਂਦਾ ਸੋ ਉਸ ਪੂਰਾ ਸਾਲ ਸੂਟ ਚੱਲਦੇ ਹੋ ਇਦਾਂ ਹੀ ਚੱਲਦੇ ਰਹਿਣਗੇ ਕਾਟਨ ਦੇ ਆਪਾਂ ਨਾਲ ਦੀ ਨਾਲ ਤੁਹਾਨੂੰ ਤਿਆਰ ਕਰਕੇ ਦੇਈ ਚੱਲਾਂਗੇ ਸੋ ਹੁਣ ਆਪਾਂ ਕਰਦੇ ਆ ਵੀਡੀਓ ਦਾ ਐਂਡ ਤੇ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਸਤੀ ਕਲਜੀ ਸਾਹਮਣੇ ਵੀ ਆਪਣਾ ਬੋਰਡ ਤੇ ਇੱਥੇ ਪਟਾ ਲੱਗਿਆ ਜੀ ਟੋਆ ਹੁਣ ਇੱਥੇ ਲੱਗਣਾ ਰੋਡ ਦੇ ਬਿਲਕੁਲ ਉੱਪਰ ਰਾਜਪੁਰ ਰੋਡ ਦੇ ਉੱ ਇਹ ਟੂਆ ਕਰਾਂਗੇ ਇਧਰੋਂ ਰਾਏਕੋਟ ਨੂੰ ਜਾਂਦੀ ਹੈ ਤੇ ਇਧਰੋਂ ਆਉਂਦੀ ਹੈ ਲੁਧਿਆਣੇ ਵੱਲ ਰੋਡ ਲੋ ਜੀ ਅੱਜ ਆਪਣੀ ਸ਼ਾਪ ਦੇ ਉੱਪਰ ਵੀ ਬੋਰਡ ਲੱਗਣਾ ਸਟਾਰਟ ਹੋ ਗਿਆ ਉਹ ਦੇਖੋ ਕੰਮ ਚੱਲਦੇ ਆ ਉਹ ਵੀ ਫਾਈਨਲ ਹੋ ਜਾਊਗਾ ਉੱਪਰ ਵਾਲੀ ਸ਼ਾਪ ਦੇ ਵਿੱਚ ਵੀ ਇੱਥੇ ਵੀ ਇੱਥੇ ਵੀ ਤੇ ਇੱਕ ਰੋਡ ਦੇ ਉੱਪਰ ਲੱਗਣਾ ਜਿਹੜਾ ਲਾਲੀਕੌਪ ਕਹਿੰਦੇ ਇਹਨੂੰ ਆਪਾਂ ਪਿੱਲਰ ਵੀ ਕਹਿ ਸਕਦੇ ਆ ਇਹ ਉਹ ਸਾਹਮਣੇ ਲੱਗਣਾ ਜੀ ਉਹ ਜਗ੍ਹਾ ਤੇ ਅਸੀਂ ਬੰਦੇ ਦੀ ਵੇਟ ਕਰ ਰਹੇ ਆ ਬਸ ਉਹ ਟੂਆ ਕਰਨਾ ਤੇ ਲਾਉਣਾ ਇਹ ਲਗਾਇ ਕੋਈ 15 17 ਫੁੱਟ ਆ ਹੋਨ ਦੇ ਕਾਦੇ ਨਾ ਮੈਂ। ਆ ਦੇਖੋ ਪ੍ਰੋਪਰੇ ਬਣੇ ਹੋਏ ਆ ਦੇਖੋ। ਓਕੇ ਲੱਗਿਆ ਤੁਹਾਨੂੰ ਉਹਦੇ ਵੀ ਦਿਖਾਵਾਂਗੇ। ਸੋ ਸ਼ਾਪ ਦਾ ਕੰਮ ਬਹੁਤ ਥੋੜਾ ਰਹਿ ਗਿਆ ਹੁਣ। ਆਪਣਾ ਪ੍ਰੋਪਰ ਜਿਹੜਾ ਬ੍ਰਾਂਡਡ ਪੰਜਾਬੀ ਰਿਸੋਰਸ ਦਾ ਸਟੋਰ ਆ ਜਿਹੜਾ ਸ਼ੋਰੂਮ ਆ ਰੈਡੀ ਹੋ ਚੁੱਕਿਆ ਜੀ। ਬਹੁਤ ਜਲਦ ਓਪਨਿੰਗ ਕਰਾਂਗੇ ਸੋ ਸਾਰਿਆਂ ਨੇ ਪਹੁੰਚਣਾ ਓਪਨਿੰਗ ਤੇ ਵੀ। ਲਓ ਜੀ ਹੁ ਲਾ ਰਹੇ ਹਾਂ ਪੰਜਾਬੀ ਦੇ ਜਿਵੇਂ ਪਾਨੋਕਾ।